किट बैग एक चाहिए मिली है, किट बैग च बैट आ जाए। हाँ जी, दो रजाइया रख लांगे। किट बैग तू घर दिया चीजा तुरंत तुर पे यार, मुंडे ने लैके नहीं आया बैग। कोई बैग नहीं आया, डेट एक्सपायर मुंह लैके अंदर तुर पे आया तू वड्डा क्रिकेटर। अस्सलाम वालेकुम। वालेकुम भाईजान, की हाल है? ठीक हो? शुक्र यार। स्पोर्ट्स दी शॉप है? हां जी, उमर स्पोर्ट्स सेंटर AWTR ਦੇ ਵਿੱਚ। ਮਾਸ਼ਾਅੱਲਾ ਇੱਕੋ ਹੀ ਦੁਕਾਨ ਹੈ, ਬ੍ਰਾਂਡਡ ਸਾਰੀਆਂ ਚੀਜ਼ਾਂ ਮਿਲਣਗੀਆਂ। ਚਾਹੀਦਾ ਕੀ ਆਪਾਂ ਨੂੰ ਯਾਰ? ਕ੍ਰਿਕਟ ਦਾ ਸ਼ੌਕ ਹੈ ਆਪਾਂ ਨੂੰ। ਮਾਸ਼ਾਅੱਲਾ ਮਾਸ਼ਾਅੱਲਾ, ਬੜੀ ਅੱਛੀ ਗੱਲ ਹੈ ਜੀ। ਖੇਡਾਂ ਨਾਲ ਤਲਕ ਹੋਣਾ ਚਾਹੀਦਾ, ਖੇਡਾਂ ਨਾਲ ਪਿਆਰ ਕਰਾਂਗੇ ਜੀ, ਤੇ ਹਸਪਤਾਲਾਂ ਤੋਂ ਜਾਨ ਛੁਡੀਚੀ ਰਹੇਗੀ ਜੀ। ਤੋਂ ਯਾਰ ਨਾ एक चीज हाथ पकड़ के लेके जाता बंदा, गेंद बैट या बुरा लगता है। हाँ हाँ, तो मैं सोच रहा हूँ किट बैग ले लीजिए। बिल्कुल जी, मिल जाएगा। एक दोस्त ने जनाब दस्या तुहाडी शॉप दा कि बेहतरीन समान। हाँ जी ठीक है, उमर स्पोर्ट सेंटर। जी जी बिल्कुल। ते किट बैग एक चाहिए है? मिल जाएगा जनाब। बेहतरीन, अच्छा जी हाँ ठीक है। ते दिखाओ जरा कोई किट बैग अपना जो है कि चाहिए। अच्छा हाँ, पहले सही दोनों दस दूं भाई किन्ना कु साइज चाहिए। नहीं, किट बैग दे एक तो होंदा फुटबॉल दा किट बैग, एक होंदा क्रिकेट दा। क्रिकेट दा चाहिए आपां नूं? ओ जनाब ए नहीं, ओ जनाब ए बच्चियां दा किट बैग। अच्छा वैसे टंग रहे हो? हां जी किट बैग। अच्छा जी, किट बैग आपां नूं चाहिए? हां जी मिल जाएगा। ये सारा समान अल्लाह दे हुक्म नाल जनाब, पैड हुंदे ने, ग्लव्स हुंदे ने, हेलमेट हुंदा है। बिल्कुल सही कह रहे हो। गेंद दा लैदा पॉकेट हुंदा है, तुसी लंगोगे पीछे जांदे बड़े खूबसूरत लगोगे। ठीक ठीक, सारी चीजा विच आ जानगी अल्लाह दे हुक्म नाल। जिन्नियां चीजा कहवांगे बेफिक्र हो जनाब। ते पैसे दा कोई मसला नहीं है जनाब, तुसी सानूं दस्सो जरा ਵੱਡਾ ਤੋਂ ਵੱਡਾ ਜਿਹੜਾ ਹੈ। ਜੀ ਜੀ ਜੀ, ਬਿਹਤਰੀਨ ਤੋਂ ਬਿਹਤਰੀਨ, ਉਹਦੀ ਪੇਮੈਂਟ ਦੱਸੋ, ਮੈਂ ਤੁਹਾਨੂੰ ਟ੍ਰਾਂਸਫਰ ਕਰ ਦਿੰਦਾ। ਜਿਹੜਾ ਤਾਂ ਹੈਗਾ ਨਾ ਆਪਣਾ ਫੁੱਲ ਵੱਡਾ ਬੈਗ। ਜੀ ਜੀ, ਉਹ ਮਿਲ ਜਾਏਗਾ ਆਪਾਂ ਨੂੰ ਤਕਰੀਬਨ ਕੋਈ 7000 ਰੁਪਏ ਦਾ। 7000 ਰੁਪਏ ਦਾ ਜੀ? ਠੀਕ ਹੈ, ਮੁਸ਼ਕਿਲ ਨਹੀਂ ਹੈ। ਤੇ ਇਹ ਤੁਸੀਂ ਮੈਨੂੰ ਜਨਾਬ ਨਾ ਇਹਦੇ ਵਿੱਚ ਅਕਾਊਂਟ ਨੰਬਰ ਆਪਣਾ ਲਿਖ ਦਿਓ, ਮੈਂ ਤੁਹਾਨੂੰ ਟ੍ਰਾਂਸਫਰ ਕਰ ਦੇਣਾ ਪੈਸੇ। ਕਿਉਂਕਿ ਯਾਰ ਇੱਕ ਜਗ੍ਹਾ ਅੱਜ ਮੈਚ ਹੈ, ਜਾਣਾ ਹੈ ਬਸ ਜਲਦੀ ਜਰਾ। ਕੋਈ ਨਹੀਂ, ਤੇ ਮੈਂ ਤੁਹਾਨੂੰ ਟ੍ਰਾਂਸਫਰ ਕਰਨਾ ਪੈਸੇ, ਤੁਸੀਂ ਮੈਨੂੰ ਬੈਗ ਦਿਓ। ਆ ਜਾਂਦਾ ਜੀ, ਮੈਂ ਜਨਾਬ ਜਾਵਾਂ ਤੁਹਾਨੂੰ। ਇਹ ਨੰਬਰ ਭਾਜੀ ਹਾਏ ਜੀ ਜੀ ਆਪਣਾ ਮਜੀਦ ਭਾਈ, ਉਹਦਾ ਤੂੰ ਇੱਕ ਕਿਟ ਬੈਗ ਲਾ ਕੇ ਲੈ ਕੇ ਆਣਾ। ਅੱਛਾ ਜੀ ਠੀਕ ਹੈ ਜੀ ਸਰ, ਪੈਸੇ ਟ੍ਰਾਂਸਫਰ ਹੋ ਗਏ। ਠੀਕ ਹੈ, ਲਾਰਜ ਵਾਲਾ, ਲਾਰਜ ਵਾਲਾ। ਹਾਂ ਲਾਜ ਲਵਾਂਗਾ। ਠੀਕ ਹੈ ਜੀ, ਕੋਈ ਗੱਲ ਨਹੀਂ ਜਨਾਬ। ਅੱਛਾ ਜੀ, ਤੇ ਇੱਕ ਕਿਟ ਬੈਗ ਵਿੱਚ ਬੈਟ ਆ ਜਾਵੇ? ਹਾਂ ਜੀ, ਗਲਵਸ, ਪੈਡ, ਹੈਲਮਟ, ਜੋ ਖੇਡਣ ਦੀਆਂ ਚੀਜ਼ਾਂ ਨੇ ਜਨਾਬ। ਠੀਕ ਹੈ, ਤੇ ਦੋ ਰਜ਼ਾਈਆਂ ਵਿੱਚ ਆਪਾਂ ਰੱਖ ਲਾਂਗੇ ਇੱਕ ਸਾਈਡ ਤੇ, ਤੇ ਕੋਈ 7-8 ਸੂਟ ਨੇ, ਮੈਂ ਕਹਿੰਦਾ ਉਹ ਵਿੱਚੇ ਆ ਜਾਵਾਂ। ਕਿੰਦੇ ਚ ਕਿਟ ਬੈਗ ਦੇ ਵਿੱਚ? ਹਾਂਜੀ, ਤੇ ਉਹਦੇ ਵਿੱਚ ਜਿਹੜਾ ਬੈਟ ਮੈਂ ਲੈਣਾ ਉਹਨੂੰ ਮਾਸ਼ਾਅੱਲਾ ਵੀ ਲਗਵਾ ਲਾਂਗੇ। ਨਹੀਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ। ਜੀ ਜੀ, ਇਹ ਕਿਟ ਬੈਗ ਦੇ ਵਿੱਚ ਰਜ਼ਾਈਆਂ ਕੌਣ ਰੱਖਦਾ? ਤੂੰ ਪਾਗਲ ਤਾਂ ਨਹੀਂ ਦਾ ਯਾਰ? ਤੁਸੀਂ ਖੁਦ ਕਿਹਾ ਸਾਰੀਆਂ ਚੀਜ਼ਾਂ ਵਿੱਚ ਆਣਗੀਆਂ। ਉਹ ਸਾਰੀਆਂ ਖੇਡਣ ਦੀਆਂ ਚੀਜ਼ਾਂ ਆਣਗੀਆਂ ਨਾ, ਭਾਵੇਂ ਬੈਟ ਆ ਜਾਏਗਾ, ਗਲਵਸ ਆ ਜਾਣਗੇ, ਪੈਡ ਆ ਜਾਣਗੇ, ਗਾਰਡ ਵਗੈਰਾ ਆ ਜਾਣਗੇ, ਹੈਲਮਟ ਆ ਜਾਏਗਾ, ਤੁਸੀਂ ਇੱਕ ਅੱਧੀ ਸ਼ਰਟ ਰੱਖ ਸਕਦੇ ਹੋ। ਬਾਂਦਰ ਕਿੱਲੇ ਦੇ ਪਲੇਅਰ ਲੱਗ ਰਹੇ ਹੋ ਤੁਸੀਂ ਜਨਾਬ, ਮੈਨੂੰ ਲੁਕਣ ਮੀਟੀ ਦੇ ਪਲੇਅਰ ਲੱਗ ਰਹੇ ਹੋ ਤੁਸੀਂ। ਕ੍ਰਿਕਟ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਟ ਬੈਗ ਦੇ ਵਿੱਚ ਕੀ ਕੀ ਆਉਂਦਾ। ਯਾਰ ਤੁਸੀਂ ਗੁੱਸਾ ਨਾ ਕਰੋ। ਨਹੀਂ ਗੁੱਸੇ ਵਾਲੀ ਗੱਲ ਹੀ ਕੀ, ਤੁਸੀਂ ਬੈਗ ਦੇ ਵਿੱਚ ਐਡਾ ਕੁ ਬੈਗ ਹੁੰਦਾ, ਉਹਦੇ ਵਿੱਚ ਮੈਂ ਰਜ਼ਾਈ ਮਤਲਬ ਫੁੱਫੀ ਬਣਾ ਕੇ ਤੁੰਨ ਦਿਆਂ ਵਿੱਚ ਹੈ। ਅੱਛਾ ਤੁਸੀਂ ਫਿਰ ਐਵੇਂ ਕਰੋ, ਆਪਾਂ ਕੋਈ ਗੱਲ ਕਰ ਲੈਣਾ, ਮੈਂ ਤੁਹਾਨੂੰ ਦੱਸ ਦੇਣਾ, ਉਸ ਤਰ੍ਹਾਂ ਕਰ ਲਓ। ਨਹੀਂ ਉਸ ਤਰ੍ਹਾਂ ਕਿ ਬੈਗ ਦੇ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਨਾ ਕ੍ਰਿਕਟ ਦੀਆਂ, ਉਹ ਹੀ ਆਣੀਆਂ ਨੇ। ਸਹੀ ਹੈ, ਜਿਹੜਾ ਤੁਸੀਂ ਤਾਈ ਦੇ ਵਿੱਚ ਜੇਬ ਪਾਉਂਦੇ ਹੋ ਨਾ, ਰਜ਼ਾਈ ਵੀ, ਕੰਬਲ ਵੀ, ਪੇਟੀ ਵੀ, ਸੰਦੂਕ ਵੀ। ਰਜ਼ਾਈ ਵੀ ਤਾਂ ਖੇਡਣ ਚ ਆਉਂਦੀ ਯਾਰ, ਬੰਦਾ ਥੱਕ ਤਾਂ ਕਿਤੇ ਸੌਣਾ, ਰਜ਼ਾਈ ਚ ਸੌਣਾ ਇਹਦਾ ਮਤਲਬ ਖੇਡਣ ਚ ਆ ਗਈ ਨਾ। ਉਹ ਤੂੰ ਕਿਹੜਾ ਪਲੇਅਰ ਹੈ ਭਾਈ ਮੇਰੇ? ਖੈਰ ਹੈ ਤੈਨੂੰ, ਤੂੰ ਚੰਡਾ ਚੁੰਡਾ ਮਾਰਨ ਵਾਲੇ ਖੇਡਾਂ ਖੇਡਿਆ ਕਰ ਮੇਰਾ ਵੀਰ, ਯੱਸੂ ਪੰਜੂ ਖੇਡਿਆ ਕਰ, ਤੈਨੂੰ ਕੋਈ ਹੋਰ ਸਾਹਮਣੇ ਅਕਲ ਆਵੇ? ਭੋਰਾ ਹੀ ਆ ਨਹੀਂ ਰਹਿ ਗਈ ਤੈਨੂੰ, ਰਜ਼ਾਈ ਇਹ ਘੱਟ ਕਰ ਲਓ। ਰਜ਼ਾਈ ਕਾਹਤੋਂ ਵਿੱਚ ਪਾਣੀ ਕਾਹਤੋਂ ਯਾਰ, ਐਡਾ ਕੁ ਬੈਗ ਹੁੰਦਾ ਮੇਰਾ ਵੀਰ, ਤੂੰ ਕਿਉਂ ਮੇਰਾ ਦਿਮਾਗ ਖਰਾਬ ਕਰਨ ਆ ਗਿਆ? ਸੰਦੂਕ ਵੀ ਕੱਢ ਲਓ ਵਿੱਚ, ਕੋਈ ਮਸਲਾ ਨਹੀਂ। ਹੋਰ ਕੀ ਕੀ ਕੱਢਣਾ ਉਹਦੇ ਵਿੱਚ, ਮੈਂ ਰਿਸ਼ਤੇ ਵੀ ਕੱਢ ਲਾਂ। ਆਹ ਸੂਟ ਤੇ ਵਿੱਚ ਆਵਣ ਨਾ, ਉਹ ਸੂਟ ਕਾਹਤੋਂ ਪਾਣੇ ਪਾਣ, ਮਤਲਬ ਕਿ ਤੂੰ ਜੰਗ ਲੜਨ ਚੱਲਿਆ ਕਿ? ਅੱਛਾ ਤੁਸੀਂ ਫਿਰ ਐਵੇਂ ਕਰੋ, ਕਿੰਜ ਕਰਾਂ ਮੈਂ, ਸਿਰਫ ਬੈਗ ਕ੍ਰਿਕਟ ਵਾਲਾ ਸਮਾਨ ਪੈਣਾ ਹੀ ਉਹਨਾਂ ਦੇ, ਲੈਣਾ ਹੀ ਲੈ ਤੇ, ਨਹੀਂ ਤਾਂ ਮੇਰਾ ਤਿੱਤਰ ਹੋ ਮੇਰਾ ਵੀਰ ਇੱਥੋਂ। ਅੱਛਾ ਠੀਕ ਹੈ, ਤੇ ਇਹ ਜਿਹੜਾ ਲਾਰਜ ਹੈ ਉਹ ਦੇ ਰਹੇ ਹੋ ਨਾ? ਹਾਂਜੀ ਵੱਡਾ ਲੈ ਕੇ ਆ ਜਲਦੀ ਮੇਰਾ ਵੀਰ।
पागल तो नहीं हो गया प्लेयरां पानी पूनी पियाना तू क्रिकेट बैग तू घर चीजा रखन तुरे जल निकले तो तुसी नाराज हो रहे हो नहीं होर मैं तेरे हार पावा चाह पियावा तेन बहा के मैं ऐसा तेरा शर्म खुसरे वर्गा मूह है तंबू नू जिप लवा ला शर्म जी ना हो कि आई जाने अच्छा करो बिचू गेंद भी कट दियो रजाइया ध्यान ना बिच सर रजाइया क्यों मतलब तू मरासिया का मुंडा है क्यों रजाई पा के जाना तू मेरे कपड़े की गल कर रहे हो कपड़े की छड़ मेरा वीर जा मगरों लै जान छड़ मेरी अच्छा यार मुंडे ने लै के नहीं आया बैग कोई बैग नहीं लाया निकल गया इतो तेन मैं दया बैग वे किट बैग के रजाइया भी आन संदूक भी आवे पेटी भी आवे नाल अपनी चार लेडीज भी तुलन उन्होंने नाल पंद्रह क बंदे भी तुलन तू तो पूरा घर खरीदने आ गए शर्म हजार ही नहीं रह गई तेन जान तो फा जा पंद्रह हजार च शर्म जी ना हो डेट एक्सपायर मूह लैके अंदर तुर पिया आया तू वड्डा क्रिकेटर रखो दी अपना काम मैं कर लिया सलामुअलैकुम।